ਪੰਜਾਬੀ ਲੋਕ ਗਾਇਕ ਹਿੱਟ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਉਹਨਾਂ ਦੀ ਜ਼ਿੰਦਗੀ ਤੇ ਦੋਸਤੋ ਪਹਿਲਾਂ ਵੀ ਦੋ ਕਿਤਾਬਾਂ ਆਈਆਂ ਨੇ ਆਵਾਜ਼ ਨਹੀਂ ਮਰਦੀ ਉਸ ਤੋਂ ਬਾਅਦ ਸ਼ਹੀਦ ਤੇ ਤੀਸਰੀ ਕਿਤਾਬ ਇਹ ਮਾਰਕੀਟ ਦੇ ਵਿੱਚ ਆਈ ਆ ਅਮਰਜੋਤ ਦੇ ਆਖਰੀ ਬੋਲ ਇਹਦੇ ਵਿੱਚ ਮੈਂ ਪਿਛਲੀ ਪਹਿਲਾਂ ਵੀਡੀਓ ਬਣਾ ਚੁੱਕਿਆ ਕਿਤਾਬ ਦੇ ਵਿੱਚ ਜੋ ਵੀ ਮੈਟਰ ਲੇਖਕ ਨੇ ਪਾਇਆ ਸੀਗਾ ਪੰਜਾਬੀ ਪੱਤਰਕਾਰ ਸਾਡਾ ਵੀਰ ਐਸ ਅਸ਼ੋਕ ਭੋਰਾ ਜਿਨ੍ਹਾਂ ਨੇ 25 ਤੋਂ 30 ਸਾਲ ਕਲਾਕਾਰਾਂ ਦੇ ਵਿੱਚ ਆਪਣੇ ਪਲ ਗੁਜ਼ਾਰੇ ਨੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਚਮਕੀਲੇ ਦੇ ਨੇੜੇ ਰਹਿ ਕੇ ਕਿ ਜੋ ਮੈਟਰ ਇਕੱਠਾ ਕੀਤਾ ਉਹ ਵਿੱਚ ਪੇਸ਼ ਕੀਤਾ ਗਿਆ 87 ਨੰਬਰ ਪੇਜ ਦੇ ਉੱਤੇ ਐਸ ਅਸ਼ੋਕ ਭੋਰਾ ਦੇ ਵਿਚਾਰ ਕਿਵੇਂ ਹੋਇਆ ਅਮਰਜੋਤ ਤੇ ਚਮਕੀਲੇ ਦਾ ਮੇਲ ਜੋਲ ਪੰਜਾਬੀ ਗਾਇਕੀ ਵਿੱਚ ਸ਼ਾਇਦ ਹੀ ਸਭ ਤੋਂ ਵੱਡਾ ਇੱਕੋ ਇੱਕ ਦੁਖਾਂਤ ਬਣਿਆ ਰਹੇਗਾ ਕਿਸੇ ਮਹਿਲਾ ਗਾਇਕਾ ਦਾ ਕਤਲ ਹੋਇਆ ਹੋਵੇ ਕਤਲ ਵੀ ਬੇਰਹਿਮੀ ਨਾਲ ਹੋਇਆ ਹੋਵੇ ਤੇ ਗਾਇਕਾ ਵੀ ਨਾਮਵਰ ਹੋਵੇ ਪੰਜਾਬ ਦੇ ਲੋਕ ਸੰਗੀਤ ਦੇ ਇਤਿਹਾਸ ਵਿੱਚ ਹਾਲੇ ਤੱਕ ਕੋਈ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਤੇ ਰੱਬ ਕਰੇ ਭਵਿੱਖ ਵਿੱਚ ਏਦਾਂ ਕਦੇ ਮਿਲੇ ਵੀ ਨਾ ਹੀ ਏਦਾਂ ਦਾ ਕਾਂਡ ਕਦੇ ਵਾਪਰੇ ਅਮਰਜੋਤ ਦੇ ਗੋਲੀ ਮਾਰੀ ਹੀ ਨਹੀਂ ਗਈ ਸਗੋਂ ਗੋਲੀਆਂ ਨਾਲ ਸਰੀਰ ਸਲਣੀ ਕਰ ਦਿੱਤਾ ਗਿਆ ਸੀ ਖੈਰ ਇਸ ਵਰਤਾਂਤ ਨੂੰ ਇਸ ਭਾਣੇ ਨੂੰ ਇਸ ਵਕਤ ਨੂੰ ਤਾਂ ਸਾਰੇ ਜਾਣਦੇ ਨੇ ਪਰ ਇੱਥੇ ਇੱਕ ਦਿਲਚਸਪ ਗੱਲ ਸਾਂਝੀ ਕਰਾਂਗਾ ਕਿ ਇੱਕ ਵਿਆਹੇ ਬਰੇ ਹੋਏ ਗਾਇਕ ਅਮਰ ਸਿੰਘ ਚਮਕੀਲਾ ਦਾ ਅਮਰਜੋਤ ਨਾਲ ਦੁਗਾਣੇ ਗਾਉਣ ਵਿੱਚ ਪਹਿਲਾ ਸੱਟ ਕਿਵੇਂ ਬਣਿਆ ਫਿਰ ਇਹ ਸੰਬੰਧ ਵਿਆਹ ਵਿੱਚ ਕਿਵੇਂ ਤਬਦੀਲ ਹੋ ਗਏ ਹਾਲਾਂਕਿ ਇਸ ਤੋਂ ਪਹਿਲਾਂ ਚਮਕੀਲਾ ਗੁਰਮੇਲ ਕੌਰ ਨਾਲ ਵਿਆਹਿਆ ਹੋਇਆ ਸੀ ਤੇ ਨਾਲ ਹੀ ਬਾਲ ਬੱਚਿਆਂ ਵਾਲਾ ਕਬੀਲਦਾਰ ਸੀ ਮੈਂ ਅਮਰਜੋਤ ਨੂੰ ਉਦੋਂ ਹੀ ਜਾਣਨ ਲੱਗਾ ਜਦੋਂ ਉਹ ਕੁਲਦੀਪ ਮਾਣਕ ਨਾਲ ਸਹਿਯੋਗੀ ਗਾਇਕਾ ਵਜੋਂ ਆਈ ਸੀ ਕਿਉਂਕਿ ਕੁਲਦੀਪ ਮਾਣਕ ਨੇ ਆਪਣੀਆਂ ਸਟੇਜਾਂ ਤੇ 1-2 ਗੀਤ ਹੀ ਗਾਉਣੇ ਹੁੰਦੇ ਸਨ ਤੇ ਬਾਕੀ ਦਾ ਸਾਰਾ ਪ੍ਰੋਗਰਾਮ ਜਾਂ ਅਖਾੜਾ ਉਸਨੇ ਇਕੱਲੇ ਨੇ ਹੀ ਪੇਸ਼ ਕਰਨਾ ਹੁੰਦਾ ਸੀ ਕਿਉਂਕਿ ਮਾਣਕ ਦਾ ਅੰਦਾਜ਼ ਤੇ ਉਸਦੇ ਗੀਤਾਂ ਦਾ ਵਿਸ਼ਾ ਵਸਤੂ ਬਿਲਕੁਲ ਹੀ ਅਲੱਗ ਸੀ ਦਿੱਲੀ ਦਰਿਆਗੰਜ HMB ਸਟੂਡੀਓ ਵਿੱਚ ਕੁਲਦੀਪ ਮਾਣਕ ਦੇ ਨਾਲ LP ਪ੍ਰੋਜੈਕਟ ਦੀ ਰਿਕਾਰਡਿੰਗ ਹੋ ਰਹੀ ਸੀ ਹਰਚਰਨ ਗਰੇਵਾਲ ਅਤੇ ਸੀਤਲ ਸਿੰਘ ਸੀਤਲ ਨਾਲ ਗਾਉਣ ਵਾਲੀ ਸੀਮਾ ਦੇ ਵੀ 1-2 ਗੀਤ ਇਸ LP ਰਿਕਾਰਡ ਵਿੱਚ ਕੀਤੇ ਜਾਣੇ ਸਨ ਗੱਲ ਕੋਈ 1980-81 ਦੇ ਨੇੜੇ ਤੇੜੇ ਦੀ ਹੋਵੇਗੀ ਮੈਂ ਸਟੂਡੀਓ ਵਿੱਚ ਹਾਜ਼ਰ ਸੀ ਛੋਟੀ ਉਮਰ ਤੇ ਰਿਹਾ ਵੀ 1-2 ਘੰਟੇ ਹੀ ਮਿਊਜ਼ਿਕ ਚਰਨਜੀਤ ਹੂਜਾ ਕਰ ਰਿਹਾ ਸੀ HMB ਦਾ ਮੈਨੇਜਰ ਜ਼ਹੀਰ ਅਹਿਮਦ ਹਾਜ਼ਰ ਸੀ ਤੇ ਦਾਦਾ ਰਿਕਾਰਡਿੰਗ ਇੰਜੀਨੀਅਰ ਸੀ ਇਹ ਕੁੜੀ ਸਾਰਿਆਂ ਲਈ ਨਵੀਂ ਸੀ ਪਰ ਇਹਦੇ ਵੱਲ ਧਿਆਨ ਇਸ ਕਰਕੇ ਕੇਂਦਰਿਤ ਹੋ ਰਿਹਾ ਸੀ ਕਿ ਪਹਿਲੀ ਗੱਲ ਉਹ ਖੂਬਸੂਰਤ ਰੱਜ ਕੇ ਸੀ ਦੂਜੀ ਗੱਲ ਇਹ ਕਿ ਉਹ ਸੁਰੀਲੀ ਹੋਣ ਦੇ ਨਾਲ ਨਾਲ ਸ਼ਬਦ ਉਚਾਰਨ ਬੜਾ ਵਧੀਆ ਕਰ ਰਹੀ ਸੀ ਇਹਨਾਂ ਗੁਣਾਂ ਵਾਲੇ ਵਿਅਕਤੀ ਨੂੰ ਚਰਨਜੀਤ ਹੂਜਾ ਬੜਾ ਪਿਆਰ ਕਰਦਾ ਸੀ ਪੰਜਾਬੀ ਦੇ ਖੇਤਰ ਵਿੱਚ ਨਰੋਏ ਪੈਰੀ ਪ੍ਰਵੇਸ਼ ਕਰਨ ਵਾਲੀ ਸ਼ਾਇਦ ਇਹ ਅਮਰਜੋਤ ਦਾ ਪਹਿਲਾ ਦੁਆਰ ਖੁੱਲ੍ਹਣ ਲੱਗਾ ਸੀ ਗੱਲ ਵੀ ਉਹੀ ਹੋਈ ਜਾਗੋ ਸੜਿਓ ਵਿਆਹ ਕਰਵਾ ਲਓ ਵੇਚ ਕੇ ਮੱਝੀਆਂ ਗਾਈਆਂ ਬਸ ਹੋ ਗਈ ਲਾਲਾ ਲਾਲਾ ਬਾਹਾਂ ਵਿੱਚ ਮੈਂ ਘੁੱਟ ਲਾਂ ਮੇਰੇ ਖੰਡ ਦੇ ਖੇਡਣਿਆਂ ਯਾਰਾ ਇਹ ਗੀਤ ਕੁਲਦੀਪ ਮਾਣਕ ਦੇ ਖਾਤੇ ਵਿੱਚ ਹਾਲੇ ਤੱਕ ਅਮਰਜੋਤ ਦੀ ਪ੍ਰਾਪਤੀ ਬਣੇ ਹੋਏ ਹਨ ਉਹਨਾਂ ਦਿਨਾਂ ਵਿੱਚ ਲੁਧਿਆਣੇ ਦੀ ਗਾਇਕ ਮਾਰਕੀਟ ਦੇ ਵਿੱਚ ਇਹ ਚਰਚਾ ਹੋ ਗਈ ਸੀ ਕਿ ਇੱਕ ਸੁਰੀਲੀ ਕੁੜੀ ਧੜੱਲੇ ਨਾਲ ਪ੍ਰਵੇਸ਼ ਕਰ ਰਹੀ ਹੈ ਪਰ ਇਸ ਗੱਲ ਨੂੰ ਤਾਂ ਪਰਦੇ ਵਿੱਚ ਹੀ ਰਹਿਣ ਦਿਓ ਕਿਉਂ ਕਿਉਂਕਿ ਕੁਲਦੀਪ ਮਾਣਕ ਨਾਲ ਅਮਰਜੋਤ ਦੀ ਜੋੜੀ ਬਹੁਤੀ ਦੇਰ ਨਹੀਂ ਚੱਲ ਸਕੀ ਇੱਥੋਂ ਤੱਕ ਕਿ ਪਰਿਵਾਰ ਦੇ ਵਿੱਚ ਵੀ ਲੜਾਈ ਝਗੜਾ ਪੈਦਾ ਹੋ ਗਿਆ ਸੀ ਮਾਣਕ ਦੀ ਧਰਮ ਪਤਨੀ ਸਰਬਜੀਤ ਨਹੀਂ ਸੀ ਚਾਹੁੰਦੀ ਕਿ ਅਮਰਜੋਤ ਕੁਲਦੀਪ ਮਾਣਕ ਨਾਲ ਗਾਵੇ ਹੌਲੀ ਹੌਲੀ ਉੱਠਦਾ ਧੂੰਆਂ ਕਈਆਂ ਦੀਆਂ ਅੱਖਾਂ ਵਿੱਚ ਰੜਕਿਆ ਤੇ ਤੜਕ ਹੋ ਗਈ ਇਤਫਾਕ ਇਹ ਹੋਇਆ ਕਿ ਇਸ ਤੋਂ ਬਾਅਦ ਕੁਲਦੀਪ ਮਾਣਕ ਕੁਝ ਸਮੇਂ ਲਈ ਇੰਗਲੈਂਡ ਚਲਿਆ ਗਿਆ ਉਧਰ ਅਮਰ ਸਿੰਘ ਚਮਕੀਲਾ ਸੁਰਿੰਦਰ ਸਿੰਧੇ ਨਾਲ ਪੇਟੀ ਵਜਾਉਂਦਾ ਹੁੰਦਾ ਸੀ ਮੈਂ ਡਿੱਗੀ ਤਿਲਕ ਕੇ ਸੜੇ ਜੇਠ ਨੇ ਚੁੱਕੀ ਨਾਲ ਗੀਤਕਾਰ ਤਾਂ ਉਹ ਬਣ ਹੀ ਗਿਆ ਸੀ ਪਰ ਸੁਰਿੰਦਰ ਸੋਨੀਆ ਨਾਲ ਉਸਦਾ EP ਰਿਕਾਰਡ ਕੁੜਤੀ ਸਤਰੰਗ ਦੀ ਉੱਤੇ ਘੁੱਗੀਆਂ ਗਿਟਾਰਾਂ ਪਾਈਆਂ ਨੇ ਪੰਜਾਬੀ ਸਰੋਤਿਆਂ ਵਿੱਚ ਤਰਥੱਲੀ ਮਚਾ ਦਿੱਤੀ ਪੇਂਡੂ ਲੋਕ ਉਹਦੇ ਵੱਲ ਇੱਕਦਮ ਖਿੱਚੇ ਗਏ ਸਨ ਉਹਦਾ ਪਹਿਲਾ ਗੀਤ ਬਾਪੂ ਸਾਡਾ ਗੁੰਮ ਹੋ ਗਿਆ ਇਸੇ ਰਿਕਾਰਡ ਵਿੱਚ ਸੀ ਪਰ ਇਹਦੇ ਵਿੱਚੋਂ ਠੇਕੇ ਤੇ ਬੈਠਾ ਰਹਿੰਦਾ ਖੋਲ੍ਹ ਕੇ ਬੋਤਲ ਮੂਹਰੇ 5-7 ਰਲ ਜਾਂਦੇ ਬੈਲੀ ਕਰ ਦਿੰਦੇ ਘਾਟੇ ਪੂਰੇ ਸੁਪਰ ਡੁਪਰ ਹਿੱਟ ਹੋ ਗਿਆ ਸੀ ਰੱਬ ਦੀ ਮਰਜ਼ੀ ਸੁਰਿੰਦਰ ਸੋਨੀਆ ਤੇ ਅਮਰ ਸਿੰਘ ਚਮਕੀਲੇ ਦਾ ਗੱਡੀ ਚੜ੍ਹਦੀ ਭਨਾਲੇ ਗੋਡੇ ਵਾਂਗ ਸ਼ੁਰੂਆਤ ਵਿੱਚ ਹੀ ਅਲੱਗ ਅਲੱਗ ਰਸਤਾ ਬਣ ਗਿਆ ਸੀ ਕੁਲਦੀਪ ਮਾਣਕ ਦੇ ਨਾਲ ਧੰਨਾ ਸਿੰਘ ਰੰਗੀਲੇ ਦਾ ਦਫ਼ਤਰ ਹੁੰਦਾ ਸੀ
ਚਮਕੀਲਾ ਮੈਨੂੰ ਉੱਥੇ ਟੱਕਰਿਆ। ਅਸੀਂ ਲਗਭਗ ਹਾਣ ਮੰਗਲ ਹੀ ਸੀ। ਚਮਕੀਲਾ ਮੈਥੋਂ 2 ਸਾਲ ਵੱਡਾ ਸੀ। ਉਹ ਮੈਨੂੰ ਦੱਸਣ ਲੱਗਾ, ਕੁਲਦੀਪ ਮਾਣਕ ਨਾਲ ਅਮਰਜੋਤ ਦਾ ਸੈੱਟ ਟੁੱਟ ਗਿਆ ਹੈ ਬਾਈ। ਬਾਈ ਮੈਂ ਪੱਗਾਂ ਰੰਗੀਆਂ ਨੇ, ਸਵੱਟਰ ਕੋਟੀਆਂ ਬੁਣੇ ਨੇ, ਗਰੀਬ ਘਰ ਵਿੱਚ ਜੰਮਿਆ ਵਾਂ, ਬਹੁਤ ਔਖਾ ਗੁਜ਼ਾਰਾ ਚੱਲਦਾ ਘਰ ਦਾ। ਤੂੰ ਮੇਰਾ ਅਮਰਜੋਤ ਨਾਲ ਸੈੱਟ ਬਣਾ ਸਕਦਾ? ਸੋਨੀਆ ਨਾਲ ਮੇਰੇ ਗੀਤ ਹਿੱਟ ਹੋ ਗਏ ਨੇ, ਅਮਰਜੋਤ ਨਾਲ ਮੈਂ ਸਿੱਧੀਆਂ ਪੌੜੀਆਂ ਚੜ੍ਹ ਜੂੰਗਾ। ਤੇ ਨਾਲ ਹੀ ਹੱਸ ਕੇ ਬੁੱਲੀਆਂ 'ਚ ਕਹਿਣ ਲੱਗਾ, ਹੈ ਬੜੀ ਖੂਬਸੂਰਤ, ਅੱਧੇ ਪਰੋਰੋਂ ਤਾਂ ਬਾਈ ਉਹਨੂੰ ਸੋਹਣੀ ਸੁਨੱਖੀ ਨੂੰ ਦੇਖ ਕੇ ਮਿਲ ਜਾਇਆ ਕਰਨੇ ਆ। ਨਾਲੇ ਇਹ ਵੀ ਦੱਸੀ ਕਿ ਕੁਲਦੀਪ ਮਾਣਕ ਕਿੰਨੇ ਕੁ ਪੈਸੇ ਦਿੰਦਾ ਹੁੰਦਾ। ਮੈਂ ਉਹਨੂੰ ਜਵਾਬ ਦਿੱਤਾ ਸੀ ਕਿ ਮੇਰੀ ਅਮਰਜੋਤ ਨਾਲ ਕੋਈ ਨੇੜਤਾ ਨਹੀਂ, ਪਰ ਇਹ ਮੈਨੂੰ ਪਤਾ ਕਿ ਕੁਲਦੀਪ ਮਾਣਕ ਅਮਰਜੋਤ ਨੂੰ ਪ੍ਰੋਗਰਾਮ ਦਾ 250-300 ਜਾਂ 400 ਰੁਪਈਆ ਦਿੰਦਾ ਹੋਵੇਗਾ। ਮੈਂ ਉਹਨੂੰ ਇੱਕ ਰਾਜ ਦੱਸ ਦਿੱਤਾ ਸੀ ਕਿ ਤੇਰਾ ਸੈੱਟ ਕੌਣ ਬਣਾ ਸਕਦਾ? ਉਹ ਢੋਲਕ ਵਜਾਉਣ ਵਾਲਾ ਸਾਡਾ ਦੋਵਾਂ ਦਾ ਸਾਂਝਾ ਮਿੱਤਰ ਸੀ। ਉਹਨੇ 2-4 ਦਿਨਾਂ ਵਿੱਚ ਉਹ ਢੋਲਕ ਮਾਸਟਰ ਲੱਭਿਆ ਅਤੇ ਫਰੀਦਕੋਟ ਅਮਰਜੋਤ ਦੇ ਘਰ ਪਹੁੰਚ ਗਿਆ, ਕਿਉਂਕਿ ਕੁਲਦੀਪ ਮਾਣਕ ਨਾਲੋਂ ਅਮਰਜੋਤ ਟੁੱਟ ਕੇ ਘਰ ਫਰੀਦਕੋਟ ਹੀ ਬੈਠੀ ਸੀ। ਚਮਕੀਲੇ ਨੇ ਆਪਣੇ ਸੋਨੀਆ ਨਾਲ ਹਿੱਟ ਗੀਤਾਂ ਦਾ ਹਵਾਲਾ ਦੇ ਕੇ ਅਮਰਜੋਤ ਦੇ ਲੋਕ ਸੰਪਰਕ ਵਿਭਾਗ ਵਿੱਚ ਕਰਦੇ ਕੰਮ ਗੁਰਚਰਨ ਸਿੰਘ ਨੂੰ ਕਿਹਾ ਸੀ ਕਿ ਅਮਰਜੋਤ ਮੇਰੇ ਨਾਲ ਗਾਉਣ ਲੱਗ ਪਵੇ। ਉਹ ਕਹਿਣ ਲੱਗੇ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤਾਂ ਪ੍ਰੋਗਰਾਮ ਹੀ ਲਾਉਣੇ ਹਾਂ, ਤੂੰ ਬੋਰਡ 'ਤੇ ਇਹਦਾ ਨਾਮ ਲਿਖਵਾ ਲੈ, ਜੇ ਕੰਮ ਚੱਲ ਪਿਆ ਠੀਕ ਆ, ਅਸੀਂ ਤੇਰੇ ਨਾਲ ਜਾਇਆ ਕਰਾਂਗੇ। ਕਹਿੰਦੇ ਨੇ ਕਿ ਭਲੇ ਦਿਨ ਆਉਂਦੇ ਨੇ ਤਾਂ ਪਤਾ ਨਹੀਂ ਲੱਗਦਾ ਕੁਦਰਤ ਕਿੱਧਰੋਂ ਪ੍ਰਵੇਸ਼ ਕਰ ਜਾਂਦੀ ਹੈ। ਚਮਕੀਲੇ ਦੇ ਅਮਰਜੋਤ ਨਾਲ ਮਹੀਨੇ ਦੇ 2-3 ਪ੍ਰੋਗਰਾਮ ਬੁੱਕ ਹੋਣ ਲੱਗ ਪਏ। ਪਹਿਲਾ LP ਰਿਕਾਰਡ ਜਦੋਂ ਅਮਰਜੋਤ ਨਾਲ ਆਇਆ ਤਾਂ ਇਹਦੇ 'ਚੋਂ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਬੇਬੇ ਨਾ ਮੰਨਦੀ ਮੇਰੀ, ਦੁਗਾਣਿਆਂ ਨਾਲ ਇਹ ਜੋੜੀ ਸਫਲਤਾ ਦੀਆਂ ਸਾਰੀਆਂ ਹੱਦਾਂ ਬੰਨੇ ਲੰਘ ਕੇ ਦੁਗਾਣਾ ਗਾਉਣ ਵਾਲਿਆਂ ਵਿੱਚ ਸਭ ਤੋਂ ਮੂਹਰੇ ਆ ਕੇ ਖੜ ਗਈ ਸੀ। ਫਿਰ ਇਹ ਉਹੀ ਦਿਨ ਸਨ ਜਦੋਂ ਇੱਕ ਪ੍ਰੋਗਰਾਮ ਗੰਗਾਨਗਰ ਅਤੇ ਦੂਜਾ ਜੈਤੋ ਹੁੰਦਾ ਸੀ, ਪਰ ਇਸੇ ਦੌਰਾਨ ਦੋਹਾਂ ਦਾ ਪਿਆਰ ਵੀ ਆਰੰਭ ਹੋ ਚੁੱਕਾ ਸੀ। ਇਹਦੇ ਪਿੱਛੇ 2 ਕਾਰਨ ਸਨ। ਪਹਿਲੀ ਗੱਲ ਤਾਂ ਇਹ ਕਿ ਚਮਕੀਲਾ ਚਾਹੁੰਦਾ ਸੀ ਕਿ ਅਸੀਂ ਦੋਵੇਂ ਇਕੱਠੇ ਗਾਉਂਦੇ ਰਹੇ ਤਾਂ ਸਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਦੂਜੀ ਗੱਲ ਇਹ ਸੀ ਕਿ ਅਮਰਜੋਤ ਉਹਦੀ ਪਤਨੀ ਬਣ ਜੂਗੀ ਤਾਂ ਲੋਕਾਂ ਦੀਆਂ ਦੇਖਣ ਵਾਲੀਆਂ ਨਜ਼ਰਾਂ ਵੀ ਬਦਲ ਜਾਣਗੀਆਂ। ਪਰ ਵੱਡਾ ਅੜਿੱਕਾ ਇਹ ਸੀ, ਸਭ ਤੋਂ ਪਹਿਲਾਂ ਉਹ ਵਿਆਹਿਆ ਹੋਇਆ ਸੀ। ਹਿੰਦੂ ਮੈਰਿਜ ਐਕਟ ਤਲਾਕ ਤੋਂ ਪਹਿਲਾਂ ਦੂਜੇ ਵਿਆਹ ਦੀ ਆਗਿਆ ਨਹੀਂ ਸੀ ਦਿੰਦਾ। ਇਹ ਤਾਂ ਚਮਕੀਲਾ ਜਾਣੇ ਪਹਿਲੀ ਪਤਨੀ ਗੁਰਮੇਲ ਕੌਰ ਨੂੰ ਸਮਝਾ ਲਿਆ ਸੀ ਜਾਂ ਫਿਰ ਕਾਨੂੰਨ ਹੱਥ ਵਿੱਚ ਫੜ ਲਿਆ ਸੀ। ਫਗਵਾੜੇ ਇੱਕ ਢੋਲਕ ਮਾਸਟਰ ਦੇ ਘਰੇ ਵਿਆਹ ਦੀਆਂ ਰਸਮਾਂ ਹੋਈਆਂ। ਉਸ ਮਗਰੋਂ ਚਮਕੀਲੇ ਦੇ ਹਮਦਰਦ ਢੋਲਕ ਮਾਸਟਰ ਨੇ ਇਹ ਵਿਆਹ ਨੂੰ ਨਪੇਰੇ ਚਾੜਨ ਵਿੱਚ ਅਮਰਜੋਤ ਦੇ ਪਿਓ ਦਾ ਰੋਲ ਵੀ ਅਦਾ ਕੀਤਾ ਸੀ। ਸ਼ੌਹਰਤ ਦੀ ਹਨੇਰੀ ਵਗਣ ਲੱਗ ਪਈ ਸੀ। ਜੀਜਾ ਲਕਮਣ ਲੈ ਵੇਲੇ ਕੁਲਦੀਪ ਮਾਣਕ ਵੀ ਮੰਨ ਗਿਆ ਸੀ, ਹੁਣ ਇਹ ਸਾਥੋਂ ਵੀ ਅੱਗੇ ਨਿਕਲ ਗਏ ਹਨ। ਜਦੋਂ ਮਾੜੇ ਦਿਨਾਂ ਦੀ ਦਹਿਸ਼ਤ ਰੱਜ ਕੇ ਸੀ ਤਾਂ ਚਮਕੀਲਾ ਮੈਨੂੰ ਬੱਸ ਅੱਡੇ ਦੇ ਮਾਲਵਾ ਢਾਬੇ ਦੇ ਵਿੱਚ ਇੱਕ ਕੈਬਨ ਵਿੱਚ ਬੈਠਾ ਮਿਲਿਆ ਸੀ। ਉੱਠ ਕੇ ਜੱਫੀ ਪਾਈ ਅਤੇ ਇੱਕ ਰਾਜ ਦੱਸਣ ਲੱਗਾ, ਕੈਸੇ ਦਿਨਾਂ ਦੀ ਸ਼ੁਰੂਆਤ ਹੋਈ ਬਾਈ ਜੀ, ਦੇਖ ਲਾ ਦਿਨ ਕਿੱਦਾਂ ਦੇ ਆ ਗਏ ਨੇ। ਜਿਸ ਦਿਨ ਮੈਂ ਤੈਨੂੰ ਪੁੱਛਿਆ ਸੀ ਕਿ ਕੁਲਦੀਪ ਮਾਣਕ ਅਮਰਜੋਤ ਨੂੰ ਕਿੰਨੇ ਪੈਸੇ ਦਿੰਦਾ, ਮੈਂ ਉਹ ਭਾਅ ਪੁੱਛ ਕੇ ਅਮਰਜੋਤ ਨੂੰ ਹਰ ਪ੍ਰੋਗਰਾਮ ਦਾ 700 ਰੁਪਈਆ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ। ਪਹਿਲਾ ਪ੍ਰੋਗਰਾਮ ਜਿਸ ਪਿੰਡ ਕਰਾਇਆ ਸੀ ਉਹ ਇੱਕ ਫਕੀਰਾਂ ਦੀ ਜਗ੍ਹਾ 'ਤੇ ਸੀ। ਪ੍ਰਬੰਧਕਾਂ ਤੋਂ ਮੈਂ ਅਮਰਜੋਤ ਦਾ ਸੋਨੇ ਦੀਆਂ ਬਾਲੀਆਂ ਨਾਲ ਸਨਮਾਨ ਕਰਾਇਆ ਸੀ, ਪਰ ਇਹ ਸੋਨੇ ਦੀਆਂ ਬਾਲੀਆਂ ਮੈਂ ਆਪ ਬਣਾ ਕੇ ਲੈ ਕੇ ਗਿਆ ਸੀ ਅਤੇ 600 ਰੁਪਈਆ ਪ੍ਰੋਗਰਾਮ ਦਾ ਅਲੱਗ ਦਿੱਤਾ ਸੀ। 1100 ਰੁਪਈਆ ਜਿਹੜਾ ਪ੍ਰਬੰਧਕਾਂ ਤੋਂ ਅਮਰਜੋਤ ਨੂੰ ਦਵਾਇਆ ਉਹ ਵੀ ਮੇਰਾ ਹੀ ਸੀ। ਅਮਰਜੋਤ ਦਾ ਘਰੇਲੂ ਨਾਮ ਬੱਬੀ ਸੀ। ਚਮਕੀਲੇ ਨੇ ਇੱਕ ਹੋਰ ਪਰਦਾ ਚੁੱਕਿਆ, ਬਸਤੀ ਜੋਧੇ ਵਾਲੇ ਚੌਂਕ ਵਿੱਚ ਜਿਹੜੀ ਧਾਰਮਿਕ ਜਗ੍ਹਾ ਹੈ, ਮੈਂ ਅਤੇ ਅਮਰਜੋਤ ਇਕੱਠੇ ਉੱਥੇ ਗਾਉਣ ਗਏ ਸਨ। ਕਿਤੇ ਮੱਥਾ ਟੇਕਣ ਲੱਗਿਆ ਮੇਰਾ ਪੈਰ ਅਮਰਜੋਤ ਦੇ ਪੈਰ ਉੱਤੇ ਰੱਖ ਹੋ ਗਿਆ ਸੀ। ਪਰ ਜਿਵੇਂ ਮਨੋਵਿਗਿਆਨੀ ਕਹਿੰਦੇ ਹਨ ਕਿ ਪਿਆਰ ਦੀ ਸ਼ੁਰੂਆਤ ਹੱਥ ਜਾਂ ਪੈਰ ਦੇ ਟੱਚ ਹੋਣ ਨਾਲ ਸ਼ੁਰੂ ਹੁੰਦੀ ਹੈ, ਉਹ ਦੱਸਣ ਲੱਗਿਆ ਕਿ ਜਦੋਂ ਮੇਰਾ ਪੈਰ ਅਮਰਜੋਤ ਦੇ ਪੈਰ ਨਾਲ ਲੱਗਾ ਤਾਂ ਉਹ ਹੱਸ ਪਈ ਸੀ। ਕਹਿੰਦੀ ਹੁਣ ਪਤਾ ਲੱਗਿਆ ਕਿ ਬਾਲੀਆਂ ਕਿਉਂ ਪਵਾਉਂਦਾ ਹੁੰਦਾ ਸੀ। ਉਹ ਦਿਨ ਗਿਆ, ਅਸੀਂ ਇੱਕ ਦੂਜੇ ਦੇ ਹੋ ਗਏ। 2 ਵਿਆਹਾਂ ਵਾਲਿਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਸਮੱਸਿਆ ਨੇ ਚਮਕੀਲੇ ਨੂੰ ਵੀ ਘੇਰੀ ਰੱਖਿਆ, ਪਰ ਉਹ ਘਰ ਦੇ ਦਹਿਸ਼ਤ ਦੇ ਮਾਹੌਲ ਵਿੱਚੋਂ ਲੰਘ ਕੇ ਪੰਜਾਬੀ ਗਾਇਕੀ ਵਿੱਚ ਝੰਡੀ ਕਰਦਾ ਗਿਆ। ਅਮਰਜੋਤ ਦੀ ਵੱਡੀ ਭੈਣ ਇੰਦਰਾ ਕਸ਼ਮੀਰੀ ਅਤੇ ਦੂਜੀ ਜਸਵੰਤ ਕੌਰ ਸੀਗੀਆਂ, ਤਿੰਨੋਂ ਰੱਜ ਕੇ ਸੋਹਣੀਆਂ। ਨੈਣ ਨਕਸ਼ ਵੀ ਕਮਾਲ ਦੇ, ਪਰ ਗਾਉਂਦੀਆਂ ਅਮਰਜੋਤ ਅਤੇ ਇੰਦਰਾ ਕਸ਼ਮੀਰੀ ਹੀ ਸਨ। ਇੰਦਰਾ ਕਸ਼ਮੀਰੀ ਦੇ ਘਰ ਵਾਲੇ ਦਾ ਨਾਮ ਬੂਟਾ ਗੱਪੀ ਸੀ ਅਤੇ ਇਸੇ ਬੂਟਾ ਗੱਪੀ ਦਾ ਚਮਕੀਲੇ ਨੇ ਆਪਣੇ ਗੀਤ ਵਿੱਚ ਜ਼ਿਕਰ ਵੀ ਕਰ ਦਿੱਤਾ ਸੀ। ਬੂਟੇ ਗੱਪੀ ਵਾਂਗੂ ਤੂੰ ਤਾਂ ਮਾਰੀ ਜਾਵੇਂ ਗੱਪ, ਮੇਰੀ ਮਨ ਗੱਲ ਨਹੀਂ। ਉਸ ਦਿਨ ਚਮਕੀਲੇ ਨੂੰ ਇੱਕ ਹੋਰ ਗੱਲ ਪੁੱਛੀ ਕਿ ਤੁਹਾਡੀਆਂ ਤਾਰਾਂ ਫਗਵਾੜੇ ਵਾਲੇ ਢੋਲਕ ਮਾਸਟਰ ਨੇ ਜੋੜੀਆਂ? ਉਹ ਹੱਸ ਪਿਆ ਅਤੇ ਕਹਿੰਦਾ, ਅੱਧੀਆਂ ਕੁ। ਪਰ ਜਿੱਦਣ ਮੈਂ ਫਰੀਦਕੋਟ ਅਮਰਜੋਤ ਕੋਲ ਪੇਸ਼ਕਸ਼ ਲੈ ਕੇ ਗਿਆ ਸੀ, ਉਸ ਦਿਨ ਅਮਰਜੋਤ ਦਾ ਭਰਾ ਪੱਪੂ ਵੀ ਲੁਧਿਆਣੇ ਤੋਂ ਸਾਡੇ ਨਾਲ ਹੀ ਗਿਆ ਸੀ। ਸਾਡੇ ਇਕੱਠਿਆਂ ਦੇ ਗਾਉਣ ਦਾ ਮਾਹੌਲ ਪੱਪੂ ਨੇ ਹੀ ਸਿਰਜਿਆ ਸੀ। ਦੋਸਤੋ,
ਨਵੇਂ ਗੀਤ ਚੱਲੀ ਜਾਂਦੇ ਨੇ ਚਮਕੀਲੇ ਦੇ ਵੀ। ਇਹ ਵੀ ਸ਼ਾਇਦ ਪੰਜਾਬੀ ਗਾਇਕੀ ਵਿੱਚ ਇੱਕ ਆਪਣੀ ਕਿਸਮ ਦਾ ਰਿਕਾਰਡ ਹੀ ਰਹੇਗਾ ਕਿ 3 ਦਹਾਕੇ ਪਹਿਲਾਂ ਜਿਨ੍ਹਾਂ ਦਾ ਕਤਲ ਹੋ ਗਿਆ ਸੀ, ਵਿਗਿਆਨਕ ਯੁੱਗ ਦੇ ਬਦਲਣ ਦੇ ਬਾਵਜੂਦ ਵੀ ਤਵੇ ਗਏ, ਕੈਸਟਾਂ ਗਈਆਂ, ਸੀਡੀਆਂ ਗਈਆਂ, ਡੀਵੀਡੀਆਂ ਗਈਆਂ, ਚਮਕੀਲੇ ਦੇ ਪ੍ਰਸ਼ੰਸਕਾਂ ਦੀਆਂ ਢੇਰੀਆਂ ਲੱਗੀਆਂ ਪਈਆਂ ਹਨ। ਅੱਜ ਤੱਕ ਪੰਜਾਬੀਆਂ ਦੇ ਚੇਤੇ 'ਚੋਂ ਨਾ ਚਮਕੀਲਾ ਵਿਸਰਿਆ ਅਤੇ ਨਾ ਅਮਰਜੋਤ। ਆਲੋਚਨਾ ਅਤੇ ਭੰਡੀ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ ਨੇ, ਪ੍ਰਸ਼ੰਸਕ ਦੋਵਾਂ ਨੂੰ ਹਾਲੇ ਵੀ ਹੱਥਾਂ ਉੱਤੇ ਚੁੱਕੀ ਫਿਰਦੇ ਨੇ। ਜਿਸ ਬੂਟੇ ਗੱਪੀ ਨੇ ਚਮਕੀਲੇ ਨੂੰ ਜਮਾਲਪੁਰ ਕਲੋਨੀ ਵਿੱਚ ਘਰ ਲੈ ਕੇ ਦਿੱਤਾ ਸੀ, ਮੈਂ ਅਮਰਜੋਤ ਅਤੇ ਚਮਕੀਲੇ ਨੂੰ ਮਿਲਣ ਵੀ ਜਾਂਦਾ ਰਿਹਾ ਅਤੇ ਹਾਲ ਹੀ ਵਿੱਚ ਜਦੋਂ ਉਸਦੇ ਘਰ ਉਸਦੇ ਪੁੱਤਰ ਜੈਮਨ ਚਮਕੀਲੇ ਦੀਆਂ ਤਸਵੀਰਾਂ ਇੱਕ ਗਾਇਕ ਵਜੋਂ ਆਪਣੇ ਮਾਂ ਬਾਪ ਨਾਲ ਲੱਗੀਆਂ ਦੇਖੀਆਂ ਤਾਂ ਮੈਨੂੰ ਲੱਗਾ ਕਿ ਬੋੜ ਥੱਲੇ ਬੋੜ ਜਾਂ ਪਿੱਪਲ